ਪੰਜਾਬੀ ਯੂਨੀਵਰਸਿਟੀ ਚ ਮਾਹੌਲ ਉਸ ਸਮੇਂ ਤਣਾਪੂਰਨ ਬਣ ਗਿਆ ਜਦੋਂ ਵਧੀਆਂ ਫੀਸਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਪੁਲਿਸ ਨੇ लाठीचार्ज ਕਰ ਦਿੱਤਾ ਪੁਲਿਸ ਦੀ ਤਸ਼ੱਦਦ ਚ ਕਈ ਵਿਦਿਆਰਥੀ ਆਗੂ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਕਈ ਵਿਦਿਆਰਥਣਾਂ ਦੇ ਵੀ ਸੱਟਾਂ ਲੱਗਣ ਦੀ ਖਬਰ ਹੈ ਕਾਬਿਲ ਗੌਰ ਹੈ ਕਿ ਫੀਸਾਂ ਚ ਕੀਤੇ ਗਏ ਭਾਰੀ ਵਾਅਦੇ ਦੇ ਕਰਕੇ ਵਿਦਿਆਰਥੀਆਂ ਵੱਲੋਂ ਵੀਸੀ ਨਾਲ ਇੱਕ ਬੈਠਕ ਕੀਤੀ ਗਈ ਜੋ ਬੇਸਿੱਟਾ ਰਹੀ ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਇਕ ਤਾਂ ਪਿਛਲੇ ਜਿਹੜੀ ਸੈਨੇਟ ਮੀਟਿੰਗ ਹੋਈ ਆ ਉਹਦੇ ਅੰਦਰ ਯੂਨੀਵਰਸਿਟੀ ਦੀ ਜਿਹੜੀ ਫੀਸਾਂ ਨੇ ਉਹ 1100% ਤੱਕ ਵਧੀਆਂ ਨੇ ਤੇ ਮੈਕਸਿਮਮ ਜਿਹੜੇ ਕੋਰਸਿਸ ਨੇ ਉਹਨਾਂ ਦੀ 500 ਤੋਂ 600% ਤਾਂ ਜਿਹੜਾ ਅੱਜ ਦਾ ਮੇਨ ਮੁੱਦਾ ਹੈਗਾ ਉਹ ਇਹੀ ਆ ਤੇ ਇਹਦੇ ਇਹਦੇ ਅੰਦਰ ਸਾਰੀਆਂ ਆਰਗੇਨੇਸ਼ਨਾਂ ਇਕੱਠੇ ਹੋ ਕੇ ਪ੍ਰੋਟੈਸਟ ਕਰ ਰਹੀਆਂ ਨੇ ਤੇ ਜਿਹੜੀਆਂ ਕਲਾਸਾਂ ਹੈਗੀਆਂ ਨੇ ਉਹ ਵੀ ਬਾਇਕਾਊਟ ਕਰਕੇ ਬੱਚੇ ਆਏ ਨੇ ਅੱਜ ਕਲਾਸਿਸ ਦੇ ਅੰਦਰ ਇਹ ਸਾਡੀ ਮੇਨ ਡਿਮਾਂਡ ਹੈਗੀ ਕਿ ਫੀ ਹਾਈਕ ਵਾਪਸ ਹੋਵੇ ਇਹਦੇ ਨਾਲ ਨਾਲ ਜਿਹੜੇ ਇੱਥੇ ਨੌਨ ਟੀਚਿੰਗ ਸਟਾਫ ਹੈਗਾ ਉਹਨਾਂ ਨੂੰ ਪੱਕੇ ਕੀਤਾ ਜਾਵੇ ਜਿਨ੍ਹਾਂ ਨੂੰ ਕੰਟਰੈਕਟ ਬੇਸਿਸ ਤੇ ਰੱਖਿਆ ਹੋਇਆ ਤੇ ਨਾਲ ਦੀ ਨਾਲ ਟੀਚਰਾਂ ਨੂੰ ਪਿਛਲੇ ਸਮੇਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ ਤਾਂ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਣ ਤੇ ਨਾਲ ਦੀ ਨਾਲ ਜਿਹੜੀ ਨਵੀਂ ਟੀਚਿੰਗ ਫੈਕਲਟੀ ਦੀ ਇੱਥੇ ਜ਼ਰੂਰਤ ਹੈਗੀ ਆ ਤਾਂ ਕਿ ਟੀਚਰ ਸਟੂਡੈਂਟ ਰੇਸ਼ੋ ਪੂਰੀ ਹੋ ਸਕੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਤੇ ਨਵੀਂ ਟੀਚਰ ਫੈਕਲਟੀ ਨੂੰ ਰਿਕਰिएट ਕੀਤਾ ਜਾਵੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਪੁਲਿਸ ਨੇ लाठी चार्ज ਕੀਤਾ ਬਿਊਰੋ ਰਿਪੋਰਟ ਸਪੋਕਸਮ